ਸਸਰੀਆ ਕਾਲ ਮੈਂ ਜਸਵਿੰਦਰਪਾਲ ਚੈਣੀ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਇਸ ਸਮੇਂ ਕਾਂਗਰਸ ਦੀ ਰਾਜਨੀਤੀ ਪੂਰੇ ਦੇਸ਼ ਵਿੱਚ ਛਾਈ ਹੋਈ ਹੈ ਤੇ ਗੱਲ ਕਰਦੇ ਹਾਂ ਪੂਰੇ ਦੇਸ਼ ਵਿੱਚ ਪ੍ਰੋਟੈਸਟ ਹੋ ਰਹੇ ਨੇ ਕਾਂਗਰਸ ਵੱਲੋਂ ਤੇ ਹੋਣ ਵੀ ਕਿਉਂ ਨਾ ਕਿਉਂਕਿ ED ED ਦੀ ਸਿਆਸਤ ਇਸ ਸਮੇਂ ਪੂਰੀ ਗਰਮ ਹੋ ਚੁੱਕੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ED ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸੋਨੀਆ ਗਾਂਧੀ ਦੇ ਨਾਂ ਤੇ ਰਾਹੁਲ ਗਾਂਧੀ ਦੇ ਨਾਂ ਤੇ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਉਹ ਵੀ ਨੋਟਿਸ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਗ੍ਰਿਫਤਾਰੀ ਦਾ ਕਾਰਨ ਬਣ ਸਕਦਾ ਹੈ ਜਿਸ ਤੋਂ ਬਾਅਦ ਕਾਂਗਰਸ ਗਰਮ ਹੋ ਚੁੱਕੀ ਹੈ ਕਾਂਗਰਸ ਖਲਬਲੀ ਮੱਚ ਚੁੱਕੀ ਹੈ ਕਿਉਂਕਿ ਦੋ ਵੱਡੇ ਚਿਹਰੇ ਕਾਂਗਰਸ ਜਿਨ੍ਹਾਂ ਦਾ ਥੰਮ ਕਿਹਾ ਜਾਂਦਾ ਹੈ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਇਸ ਸਮੇਂ ਉਹ ਈਡੀ ਦੀ ਕੜਕੀ ਵਿੱਚ ਫਸਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਪੂਰੇ ਸੂਬੇ ਕੋ ਪੂਰੇ ਦੇਸ਼ ਅੰਦਰ ਕਾਂਗਰਸ ਦਾ ਗੁੱਸਾ ਫੁੱਟ ਚੁੱਕੇ ਆ ਕਾਂਗਰਸ ਦੇ ਲੀਡਰਾਂ ਨੇ ਭਾਜਪਾ ਨੂੰ ਪੜਨਾ ਸ਼ੁਰੂ ਕਰ ਦਿੱਤਾ ਤੇ ਭਾਜਪਾ ਤੇ ਹੀ ਵਾਰ ਦੇ ਹੋਏ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਭਾਜਪਾ ਈਡੀ ਦਾ ਇਸਤੇਮਾਲ ਲੋਕਾਂ ਦੀ ਜਿਹੜੀ ਆਵਾਜ਼ ਚੁੱਕਣ ਵਾਲੀ ਪਾਰਟੀ ਉਹਨੂੰ ਦਬਾਉਣਾ ਚਾਹੁੰਦੀ ਐ ਉਹਨਾਂ ਤੇ ਇੱਕ ਇਹ ਜਾ ਪਰਵਾਹ ਪਾਉਣਾ ਚਾਹੁੰਦੇ ਐ ਕਿ ਉਹਨਾਂ ਦੇ ਲੀਡਰ ਗਰਦਾਰ ਕਰ ਲਈ ਜਾਣਗੇ ਤੇ ਉਹਨਾਂ ਦੀ ਆਵਾਜ਼ ਦੱਬੀ ਜਾਵੇਗੀ ਪਰ ਕਾਂਗਰਸ ਨੇ ਅੱਜ ਪ੍ਰੋਟੈਸਟ ਕਰਕੇ ਇੱਕ ਜ਼ਰੂਰ ਮੈਸੇਜ ਇਹ ਦੇਣਾ ਚਾਹੀਦਾ ਹੈ ਕਿ ਕਾਂਗਰਸ ਕਦੇ ਚੁੱਪ ਨਹੀਂ ਹੋਵੇਗੀ ਉਹ ਲੋਕਾਂ ਦੀ ਆਵਾਜ਼ ਚੁੱਕਦੀ ਰਹੇਗੀ ਤੇ ਰਗ ਉਸ ਨੂੰ ਕੋਈ ਰੋਕ ਵੀ ਨਹੀਂ ਸਕਦਾ ਚਾਹੇ ਮੋਦੀ ਸਰਕਾਰ ਹੈ ਚਾਹੇ ਕੋਈ ਹੋਰ ਸਰਕਾਰ ਹੈ ਪਰੰਤੂ ਸਵਾਲ ਕਰਦੀ ਹੋਈ ਕਾਂਗਰਸ ਹੁਣ ਇਹ ਪੁੱਛ ਰਹੀ ਹੈ ਕਿ ED ਦਾ ਦੁਰਉਪਯੋਗ ਭਾਜਪਾ ਜਨਕਿ ਮੋਦੀ ਸਰਕਾਰ ਕਦੋਂ ਤੱਕ ਕਰਦੀ ਰਹੇਗੀ ਉਹਨਾਂ ਨੇ ਇੱਕ ਚੇਤਾਵਨੀ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਅਸੀਂ ਡਰਨ ਵਾਲੇ ਨਹੀਂ ਅਸੀਂ ਉਹਨਾਂ ਘਟ ਗਿੰਤੀਆਂ ਦੇ ਹੱਕ ਵਿੱਚ ਖੜੇ ਹਾਂ ਅਸੀਂ ਸਰਕਾਰ ਦੀ ਉਸ ਪਾਲਿਸੀ ਦੇ ਮਗਰ ਖੜੇ ਹਾਂ ਜੋ ਮੰਗਾਈ ਕਰਕੇ ਲੋਕਾਂ ਦੇ ਚੁੱਲ੍ਹੇ ਠੰਡੇ ਕਰੀ ਹੈ ਲੋਕਾਂ ਦੇ ਛੋਟੇ ਮੋਟੇ ਵਪਾਰ ਖਾਰੀ ਹੈ ਤੇ ਵੱਡੇ ਪੂੰਜੀਪਤੀਆਂ ਦੇ ਹੱਕ ਲੈ ਤੇ ਕਾਂਗਰਸ ਦਾ ਇਹ ਬਿਆਨ ਹੰ ਕੰਟਰੋਵਰਸੀ ਵਿੱਚ ਪਹਿਲੇ ਭਾਜਪਾ ਜਵਾਬ ਦੇ ਰਹੀ ਹੈ ਕਿ ਇਹ ਤਾਂ ਜੋ ਤੁਸੀਂ ਭੇਜਿਆ ਉਹ ਹੀ ਵਡੋਂਗੇ ਤੇ ਹੁਣ ਸਵਾਲ ਇਹ ਹੈ ਕਿ ਕਾਂਗਰਸ ਨੇ ਹੁਣ ਇਹ ਚੀਜ਼ ਕਹਿ ਦਿੱਤਾ ਹੈ ਕਿ ਉਹਨਾਂ ਦੀ ਆਵਾਜ਼ ਦੱਬੀ ਨਹੀਂ ਜਾ ਸਕਦੀ ਦੇਖਦੇ ਆਉਣ ਵਾਲਾ ਸਮਾਂ ਹੁਣ ਕਿਹੋ ਜਿਹਾ ਹੋਵੇਗਾ ਕਿਹੋ ਜਿਹੀ ਸਿਆਸਤ ਹੋਵੇਗੀ ਤੇ ਈਡੀ ਦੀ ਭੂਮਿਕਾ ਫੇਰ ਸਵਾਲਾਂ ਦੇ ਘੇਰੇ ਵਿੱਚ ਜੋ ਖੜੀ ਹੈ ਉਸ ਤੇ ਕੀ ਥਮ ਪਵੇਗਾ ਜਾਂ ਫੇਰ ਸਿਆਸਤ ਉਸ ਨੂੰ ਵਰਤਦੀ ਰਹੇਗੀ ਕਿਉਂਕਿ ਸਿਆਸਤ ਅਤੇ ED ਦਾ ਸਬੰਧ ਕਾਫੀ ਨੇੜ ਤੋਂ ਹੈ ਜਦੋਂ ਵੀ ED ਕਿਸੇ ਵੀ ਕਾਰਵਾਈ ਕਰਦੀ ਹੈ ਤਾਂ ਜਿਹੜਾ ਸਤਾਧਾਰੀ ਹੈ ਭਾਵੇਂ ਉਹ ਕਾਂਗਰਸ ਹੋਵੇ ਚਾਹੇ ਉਹ BJP ਹੋਵੇ ਇੱਕ ਦੂਜੇ ਤੇ ਅਲੀਗੇਸ਼ਨ ਜ਼ਰੂਰ ਚਕਾ ਦੇਣੇ ਪਰੰਤੂ ਗੱਲ ਇਹ ਹੈ ਕਿ ED ਦੀ ਕਾਰਵਾਈ ਚ ਇਮਾਨਦਾਰੀ ਹੈ ਜਾਂ ਨਹੀਂ ਹੈ ਇਹ ਹਜੇ ਵੀ ਸਵਾਲ ਹੈ ਪਰੰਤੂ ਕਾਂਗਰਸ ਨੇ ED ਦੀ ਉਸ ਨੀਅਤ ਤੇ ਹੀ ਸਵਾਲ ਖੜੇ ਕਰ ਦਿੱਤੇ ਨੇ ਕਿ ਉਹ ਮੋਹਰਾ ਬਣ ਕੇ ਸਤਾਧਾਰੀਆਂ ਦੇ ਹੱਥ ਦਾ ਠੋਲਾ ਬਣੀ ਹੋਈ ਹੈ ਤੇ ਹੁਣ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਤੇ ਇਟ ਦੀ ਭੂਮਿਕਾ ਕੀ ਭੂਮਿਕਾ ਨਿਭਾਉਂਦੀ ਹੈ ਇਹ ਸਵਾਲ ਨੂੰ ਲੈ ਕੇ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ